ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ ਲੰਡਨ ਬ੍ਰਿਜ 'ਤੇ ਘੁੰਮਣ। ਆਓ ਤੁਹਾਨੂੰ ਦਿਖਾਉਂਦੇ ਹਾਂ ਲੰਡਨ ਬ੍ਰਿਜ ਦੇ ਨਜ਼ਾਰੇ। ਇਹ ਹੈਗਾ ਲੰਡਨ ਵਿਊ। ਇਹ ਆਪਾਂ ਨਿਕਲੇ ਹਾਂ ਸਟੇਸ਼ਨ ਤੋਂ, ਸਟੇਸ਼ਨ ਤੋਂ ਟਾਵਰ ਹਿੱਲ ਦੇ ਸਟੇਸ਼ਨ ਤੋਂ ਨਿਕਲੇ ਹਾਂ ਆਪਾਂ, ਅਤੇ ਬਸ ਤੁਹਾਨੂੰ ਦਿਖਾਉਂਦੇ ਹਾਂ ਵਿਊ ਇੱਥੋਂ ਦਾ। ਆਹ ਗੋਰੀ ਦਾ ਮਹਿਲ ਹੈ, ਪਤਾ ਨਹੀਂ ਕਿਹੜੀ ਪੇਪਰ ਹੈ ਹੈਗਾ ਵਾ। ਬਾਕੀ ਗੋਰੀਆਂ ਕਈ ਵਿੱਚ ਫੋਨ ਤੋਂ ਬਿਜ਼ੀ ਹੈ, ਕਈ ਪੜ੍ਹਨ ਪੜ੍ਹਨ 'ਚ ਵੀ ਬੜੀਆਂ ਬਿਜ਼ੀ ਹੁੰਦੀਆਂ। ਕਿਤਾਬਾਂ ਪੜ੍ਹਨੀਆਂ ਬਹੁਤ ਸ਼ੌਕੀ ਆ, ਰੌਣਕ ਮੇਲਾ ਤਾਂ ਉੱਧਰ ਵੀ ਬਹੁਤ ਹੈ, ਚੱਲਦੇ ਹਾਂ ਕਿਸੇ ਨੂੰ ਕਿਸੇ ਬੰਨੇ। ਗਰਮੀ ਦਾ ਕਰਕੇ ਹੁਣ ਇਹ ਸਭ, ਅੱਜ ਨਾਲੇ ਸ਼ਨੀਵਾਰ ਆ ਨਾ, ਸ਼ਨੀਵਾਰ ਤੇ ਐਤਵਾਰ ਰੌਣਕ ਮੇਲਾ ਜ਼ਿਆਦਾ ਹੁੰਦਾ ਇੱਧਰ। ਬਾਕੀ ਅੱਜ ਹੀ ਦੇਖਿਆ ਜ਼ਿਆਦਾ ਰੌਣਕ ਮੇਲਾ ਹੁੰਦਾ, ਪੈਸੇ ਉੱਦਾਂ ਉਹ ਤਾਂ ਘੱਟ ਹੀ ਹੁੰਦਾ। ਬੱਸਾਂ ਦਾ ਫੋਨ ਤਾਂ ਇੱਥੇ ਵੈਸੇ ਕਈਆਂ ਨੇ ਇੱਥੇ ਕੁੱਤਿਆਂ ਦੀ ਬਹੁਤ ਕੇਅਰ ਕਰਦੇ ਆ, ਬੱਚਿਆਂ ਦੀ ਉਨੀ ਕੇਅਰ ਨਹੀਂ ਕਰਦੇ ਆ। ਤੇ ਬਸ ਰੇਲ ਬਸ ਵਾਲੀ ਵਾਲ ਆ ਕੁੱਤੇ ਨੂੰ ਹੈਂ ਕਿਹਦਾ ਇਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਸਵਾਏ ਹਾਰਨ ਮਾਰਨ। ਇੱਧਰੋਂ ਬ੍ਰਿਜ ਦੀ ਸਟਾਰਟਿੰਗ ਹੁੰਦੀ ਆ, ਉਹ ਸਾਈਡ ਸੀਗਾ ਦੂਜਾ ਸਟੇਸ਼ਨ, ਦੂਜਾ ਸਟੇਸ਼ਨ ਸੀਗਾ ਥੱਲੇ ਜਾਂਦੇ, ਜਿਹੜੇ ਥੱਲੇ ਜਾਣ ਵਾਲੇ ਪਤਾ ਨਹੀਂ ਕੀ ਬਣਿਆ। Thank you.
ਬਾਕੀ ਰੌਣਕ ਮੇਲਾ ਉਤਰ ਨੂੰ ਥੱਲੇ ਨਹੀਂ ਜ਼ਿਆਦਾ ਹੋਣਾ ਮੇਰੀ ਤਾਂ। ਉਧਰੋਂ ਬ੍ਰਿਜ ਤੋਂ ਥੱਲੇ ਬਹੁਤ ਰੌਣਕ ਮੇਲਾ ਹੋਣਾ, ਉੱਧਰ ਨੂੰ ਚੱਲ ਰਿਹਾ ਅੱਜ ਸਾਰੇ ਘੁੰਮਣ ਫਿਰਨ ਆਏ ਆ। ਲੋਕਾਂ ਨੂੰ ਜ਼ਿਆਦਾ ਜੋੜਨ ਨਾਲ ਹੈ ਨਹੀਂ ਗਾ, ਇਹਨਾਂ ਨੂੰ ਇੰਜੋਏਮੈਂਟ ਨਾਲ ਜਿੰਨਾ ਕੁ ਕਮਾ ਲਿਆ ਖਾ ਲਿਆ ਇੰਜੋਏ ਕਰ ਲਿਆ ਬਸ। ਬਾਕੀ ਠੀਕ ਆ, ਬਸ ਇੰਨਾ ਹੈ ਇਹਨਾਂ ਦਾ ਕਿ ਬੱਚਿਆਂ ਨਾਲ ਨਹੀਂ ਰੱਖਦੇ ਆਪਣਿਆਂ ਨਾਲ ਜ਼ਿਆਦਾ, ਇਹਨਾਂ ਨੂੰ ਕੁੱਤਾ ਕੱਤਾ ਪਾਲ ਲਿਆ ਉਹਦੇ ਨਾਲ ਜ਼ਿਆਦਾ ਕਰਦੇ। ਸਾਹਮਣੇ ਆ ਗਿਆ ਬ੍ਰਿਜ ਜਿੱਥੇ ਮੂਸੇਵਾਲੇ ਦੇ ਗਾਣੇ ਦੀ ਸ਼ੂਟਿੰਗ ਹੋਈ ਸੀ। ਬਾਹਰ 25-25 ਲੱਖ ਰੁਪਈਆ ਲਗਾ ਕੇ ਲਿਆਉਂਦੇ ਆ। ਬਿਆਸ ਦਰਿਆ ਦੇ ਲਓ ਜੀ, ਆਪਾਂ ਆਏ ਹਾਂ ਬਿਆਸ ਦਰਿਆ ਤੇ। ਆ ਮੇਰੇ ਖਿਆਲ ਨਾਲ ਭਾ ਮੱਛੀਆਂ ਫੜਨਾ ਆ, ਇਹਨੇ ਹੱਥ 'ਚ ਜੰਤਰ ਜਿਹਾ ਫੜਿਆ ਵਾ। ਬਾਕੀ ਤੁਸੀਂ ਦੇਖ ਸਕਦੇ ਹਾਂ ਰੌਣਕ ਮੇਲਾ ਲਾਗੇ ਬੰਨਾ, ਪਤਾ ਨਹੀਂ ਕੀ ਹਿਸਾਬ ਕਿਤਾਬ ਮੱਛੀਆਂ ਫੜਨ ਲੱਗਾ ਮੇਰਾ ਭਾ।
ਇੱਦਾਂ ਕਰਕੇ ਮੱਛੀਆਂ ਫੜ ਹੋਣੀਆਂ ਹੈ। ਆ ਪਤਾ ਨਹੀਂ ਮੱਛੀਆਂ ਫੜਦਾ ਵਾ ਕੀ ਕਰਦਾ ਸੀ। ਕੀ ਕਰਨ ਦਿਆ ਭਲਾ ਇਹ ਕੈਮਰੇ ਨਾਲ ਵੀਡੀਓ ਬਣਾਉਣ ਦਿਆ ਵਾ। ਉਹ ਕੈਮਰਾ ਆ ਮੱਛੀਆਂ ਫੜਨ ਵਾਲਾ ਸੀਗਾ। ਚੱਲ ਆ ਚੱਲੀਏ ਆਪਾਂ ਅੱਗੇ ਅੱਗੇ ਬਣਾਉਂਦੇ ਹਾਂ ਅਰੇ ਹੈ ਇੱਧਰੋਂ ਕੀ ਕਰਨਾ ਹੁਣ ਇੱਥੇ ਇੱਕ ਕਹਿੰਦੇ ਮੇਨ ਬ੍ਰਿਜ 'ਤੇ ਨਾ ਮੂਸੇ ਵਾਲੇ ਦੇ ਸੌਂਗ ਦੀ ਵੀਡੀਓ ਸ਼ੂਟਿੰਗ ਹੋਈ ਸੀਗੀ। ਉਹ ਵੀ ਤੁਹਾਨੂੰ ਦਿਖਾਉਂਦੇ ਕਿੱਥੇ ਹੋਈ ਸੀ। ਉਹ ਇੱਥੋਂ ਨਾ ਥੱਲਿਓਂ ਪੌੜੀਆਂ ਤੋਂ ਭੱਜ ਕੇ ਆਉਂਦੇ ਆ, ਇੱਥੋਂ ਸਾਹਮਣੇ ਬਾਹਰ ਨਿਕਲਦੇ ਆ। ਇਹ ਅੰਦਰੋਂ ਤੁਹਾਨੂੰ ਦਿਖਾ ਦਿੰਦੇ ਆ। ਉਹ ਇੱਕ ਗੁਰੀ ਆ ਗਈ ਆ ਸੀਗਾ ਇੱਥੋਂ ਜਿੱਦਾਂ ਮਤਲਬ ਉੱਪਰ ਨੂੰ ਆਉਂਦੇ ਆ। ਉਹ ਸੌਂਗ ਦੀ ਵਿੱਚ ਆਪਾਂ ਲਾ ਦਾਂਗੇ। ਮੇ ਬੀ ਇੱਕ ਸਾਈਡ 'ਤੇ ਇਹਦੇ ਉਹ ਸ਼ੀਸ਼ਾ ਜਿਹਾ ਵੀ ਲੱਗਾ ਹੋਇਆ ਜਿੱਥੇ ਉਹ ਪਤਾ ਨਹੀਂ ਉਹਨਾਂ ਨੇ ਆਪ ਲਾਇਆ ਸੀਗਾ। ਇਹ ਤਾਂ ਆਹੀ ਸੀਗਾ ਆ ਕੁਲਚੇ ਛੋਲਿਆਂ ਦੀ ਉਹ ਲੱਗੀ ਆ ਰੇਹੜੀ। ਜੇ ਕਿਸੇ ਨੇ ਕੁਲਚੇ ਛੋਲੇ ਖਾਣੇ ਪਤਾ ਨਹੀਂ ਉਹ ਨੱਟ ਸਕਦੇ ਹੋਏ ਰਸਟਡ ਇਹ ਗਿਰੀਆਂ ਨੂੰ ਮਿੱਠੇ ਮਿੱਠਾ ਲਾ ਕੇ ਵੇਚਣ ਡਿਆ ਭਾਜੀ ਭਾਜੀ ਕਰਨ ਡਿਆ। ਇਹਨੇ ਕੁੱਤਾ ਰੱਖ ਕੇ ਮੇਰੇ ਖਿਆਲ ਕੁੱਤੇ ਦੇ ਨਾਂ ਤੇ ਮੰਗੀ ਜਾਂਦੇ। ਥੋੜੀ ਸੋਟੀ ਇਹਦਾ ਖਿਜਦਾ ਹੀ ਕਰਦਾ ਨਾ ਲਾੜਾ। ਇੱਥੋਂ ਬਣੀ ਆ ਵੀਡੀਓ ਇੱਥੋਂ ਭੱਜ ਕੇ ਉਹ ਮੂਸੇ ਵਾਲਾ ਉੱਤੇ ਨਹੀਂ ਜਾਂਦਾ। ਬ੍ਰਿਜ ਤਾਂ ਚੱਕਣ ਲੱਗੇ ਤੁਹਾਨੂੰ ਦਿਖਾਉਂਦੇ ਹਾਂ, ਸਾਰੀ ਪਬਲਿਕ ਦੇਖਣ ਲੱਗੀ ਹੈ ਤੁਹਾਨੂੰ ਦਿਖਾਉਂਦੇ ਹਾਂ ਸਾਰੀਆਂ ਦਾ ਰੌਣਕ ਮੇਲਾ। ਬ੍ਰਿਜ ਚੱਕ ਹੁੰਦਾ ਧਿਆਨ ਦਿਖਾਉਂਦੇ ਰੋਡ ਦੇ ਸਕਦੇ ਇਹ ਓਪਨ ਹੋ ਗਿਆ ਬ੍ਰਿਜ। ਇਹ ਟੈਕਨੋਲੋਜੀ ਕਿੰਨੀ ਪੁਰਾਣੀ ਹੈ ਦੇਖ ਲਓ ਇਹਨਾਂ ਦਾ ਦਿਮਾਗ।
ਪਬਲਿਕ ਰਿਐਕਸ਼ਨ ਵੀ ਦੇ ਸਕਦੇ ਸਾਡੀ ਪਬਲਿਕ ਕਿੰਨੀ ਖੁਸ਼ ਦੇਖ ਲਓ ਇੱਧਰ ਦੇਖ ਸਕਦੇ ਤੁਸੀਂ ਕਿੱਥੇ ਪਹੁੰਚ ਗਿਆ ਬ੍ਰਿਜ ਹੁਣ ਸ਼ਿਪ ਲੰਘਣਗੇ ਇਹਦੇ ਥੱਲੇ ਉਹਦੀ ਹੁਣ ਇਹਦੇ ਥੱਲੇ ਦੀ ਮਨ ਵੀ ਸ਼ਿਪ ਲੰਘਣੇ ਮੇਰੇ ਖਿਆਲ ਦਿਨ ਦੇ ਵਿੱਚ ਇੱਕ ਜਾਂ ਦੋ ਵਾਰੀ ਚੱਕਦੇ ਇਹਨੂੰ ਸ਼ਾਇਦ ਰਾਤ ਨੂੰ ਤਾਂ ਲੰਘਦੇ ਲੰਘਦੇ ਆਹ ਲੰਘਣਾ ਸੀਗਾ ਇੱਕ ਇਹਦੇ ਮਗਰ ਆਉਣਾ ਬ੍ਰਿਜ ਉਹ ਵੱਡਾ ਆਉਣਾ ਸ਼ਿਪ ਇਹਨਾਂ ਤੋਂ ਮਗਰ ਸ਼ਾਇਦ ਬਸ ਫਿਰ ਹੁਣ ਲੱਗਾ ਬੰਦ ਹੱਸਣ ਵਾਲੀ ਗੱਲ ਵੈਸੇ ਹੋਈ ਨਹੀਂ ਵੈਸੇ ਹੱਸ ਰਹੇ ਕਿਉਂ ਵੈ ਮੈਨੂੰ ਸਮਝ ਨਹੀਂ ਆਈ ਬੜਾ ਹੱਸ ਦੇ ਵੀ ਜਾਂਦਾ ਇਹ ਕਿਹੜਾ ਹੁਣ ਦਾ ਦੇਖਾ ਕਿੰਨੀ ਪੁਰਾਣੀ ਤਕਨੀਕ ਹੈ ਹਨਾ ਇਸੇ ਚੀਜ਼ ਕਰਕੇ ਐਡਵਾਂਸ ਆਪਣੇ ਕੋਲ ਨਾਲੇ ਇਹ ਕਿਹੜਾ ਅੱਜ ਦੀ ਤਕਨੀਕ ਹੈ ਇਹਨਾਂ ਦੀ ਬਹੁਤ ਕਿੰਨੀ ਪੁਰਾਣੀ ਹੈ ਮੇਰੇ ਖਿਆਲ ਨਾਲ ਪਤਾ ਨਹੀਂ ਕਿੰਨੇ ਸੌ ਸਾਲ ਪੁਰਾਣੀ ਹੋਣੀ ਹੈ ਉੱਥੋਂ ਜਾ ਕੇ ਵੀ ਲੱਗਾ ਹੈ ਪਰ ਕਲੋਸ ਹੋ ਚੱਲਿਆ ਹੋ ਚੱਲਿਆ ਹੋ ਚੱਲਿਆ ਡਲ ਹੋ ਗਿਆ ਹੁਣ ਇਹ ਗੇਟ ਓਪਨ ਕਰਨਗੇ ਅਤੇ ਪਬਲਿਕ ਜਿਹੜੀ ਖੜ੍ਹੀ ਆ ਪਬਲਿਕ ਬਸ ਹੁਣ ਗਾਂਹ ਪਿਛਾਂ ਹਿੱਲਣਾ ਤਿਲ ਜੁਲ ਕਰਨ ਦੀ ਉੱਚ ਆ ਇਹ ਗੇਟ ਹੋ ਗਿਆ ਓਪਨ ਆਵਾਜਾਈ ਨਾਲ ਚੱਲ ਪਈ ਇਹਦੇ ਨਾਲ ਹੀ ਟ੍ਰੈਫਿਕ ਚੱਲ ਪਈ ਹੈ ਜਿੱਦਾਂ ਹੀ ਓਪਨ ਹੋਇਆ ਮੂਹਾਂ ਬਣਾਉਣ ਲੱਗ ਗਈਆਂ ਆਪਣੇ ਵਾਲੀਆਂ ਬਾਕੀ ਦੇਖ ਸਕਦੇ ਤੁਸੀਂ ਪਬਲਿਕ ਇਹ ਸਭ ਵੇਟ ਕਰਨ ਦੇ ਕਿ ਕਦੋਂ ਓਪਨ ਹੁੰਦਾ ਗੇਟ
ਗੇਟ ਖੋਲਦਿਆਂ ਸਾਰੀ ਮੋਲ ਚਲ ਜ਼ਿਆਦਾ ਵੱਧ ਗਿਆ, ਟ੍ਰੈਫਿਕ ਟ੍ਰੈਫਿਕ ਹੋ ਗਈ, ਲੰਘਣਾ ਵੀ ਔਖਾ ਹੋ ਗਿਆ, ਹੁਣ ਇੱਥੋਂ ਲੰਘਣਾ ਔਖਾ। ਬਾਕੀ ਹੌਲੀ ਹੌਲੀ ਰੋਡ ਕ੍ਰੋਸ ਕਰਨਾ ਪੈਣ ਦਿਆ ਕਿਉਂਕਿ ਪਬਲਿਕ ਬਹੁਤ ਹੋ ਗਈ ਯਕਦਮ ਸਾਰੀ। ਬਾਕੀ ਇੰਜੋਏ ਕਰੋ, ਰੌਣਕ ਮੇਲਾ ਦੇਖੋ। Nadie. La espera. Ya la espere, tío.